ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸ਼ਾਰਟ ਨੋਟ ਪੰਜਾਬੀ ਬਾਰੇ। ਬਹੁਤ ਬੱਚੇ ਕਮੈਂਟ ਕਰ ਰਹੇ ਸੀਗੇ ਸ਼ਾਰਟ ਨੋਟ ਹੁੰਦੀ ਕੀ ਆ, ਬਹੁਤ ਕਾਲਾਂ ਡੇਲੀ ਆ ਰਹੀਆਂ। ਬਹੁਤ ਪੂਰੇ ਪੰਜਾਬ ਨੂੰ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਡਿਸਟ੍ਰਿਕਟ ਹੈਗੀ ਜਿੱਥੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈਗਾ। ਸ਼ਾਰਟ ਨੋਟ ਬਾਰੇ ਬਹੁਤ ਲੋਕ ਘੱਟ ਅਵੇਅਰ ਹੈਗੇ ਆ। ਲੋਕ ਟਾਈਪਰਾਈਟਰ ਤੇ ਟਾਈਪ ਕਰਨ ਨੂੰ ਹੀ ਸ਼ਾਰਟ ਨੋਟ ਸਮਝਦੇ ਆ। ਸ਼ਾਰਟ ਨੋਟ ਇੱਕ ਵੱਖਰੀ ਲੈਂਗੁਏਜ ਦੀ ਵੱਖਰੀ ਵਰਨਮਾਲਾ ਹੈਗੀ। ਤੁਹਾਨੂੰ ਮੈਂ ਵਰਨਮਾਲਾ ਦਿਖਾਉਣਾ ਸ਼ਾਰਟ ਨੋਟ ਪੰਜਾਬੀ ਦੀ। ਪੰਜਾਬੀ ਤੇ ਇੰਗਲਿਸ਼ ਦੋਨੋਂ ਸੇਮ ਹੀ ਹੁੰਦੀਆਂ। ਪੰਜਾਬ ਇੰਗਲਿਸ਼ ਨੂੰ ਕਾਪੀ ਕਰਕੇ ਹੀ ਪੰਜਾਬੀ ਬਣਾਈ ਗਈ ਆ। ਜੇ ਇੱਕ ਵਰਨਮਾਲਾ ਦੇ ਮੈਂ ਅੱਖਰ ਲਿਖਦਾ ਹੈਗਾ, ਸ਼ਾਰਟ ਹੈਂਡ ਪੰਜਾਬੀ ਦੇ ਲਿਖਦਾ, ਉਸੇ ਨੂੰ ਸੇਮ ਹੀ ਆਪਾਂ ਇੰਗਲਿਸ਼ ਸਮਝ ਸਕਦੇ ਹਾਂ। ਇਹ ਕੱਕਾ ਹੈ ਸ਼ਾਰਟ ਹੈਂਡ ਦਾ। ਕੱਕਾ, ਖੱਖਾ, ਗੱਗਾ, ਘੱਗਾ, ਚੱਚਾ, ਛੱਛਾ, ਜੱਜਾ, ਚੱਜਾ, ਠੀਕ ਆ। ਟੈਕਾ, ਠੱਠਾ, ਡੱਡਾ, ਢੱਡਾ, ਪੱਪਾ, ਬੱਬਾ, ਭੱਬਾ, ਰਾਰਾ, ਡਾੜਾ। ਇੱਦਾਂ ਇੱਕ ਸੀਕਰਟ ਤੁਹਾਨੂੰ ਅਲਫਾਬੈਟ ਸਿਖਾਏ ਜਾਂਦੇ ਆ ਸ਼ਾਰਟ ਹੈਂਡ ਵਿੱਚ। ਇਹਦੀ ਵੱਖਰੀ ਅਲਫਾਬੈਟਸ ਹੈਗੇ, ਇਹਦੇ ਵਾਵਲ ਹੈਗੇ ਆ। ਜਿਵੇਂ ਨੋਰਮਲ ਪੰਜਾਬੀ ਆਪਾਂ ਇੰਗਲਿਸ਼ ਸਿੱਖੀ ਸੀਗੀ, ਉੱਦਾਂ ਹੀ ਇਹਦੇ ਆਪਾਂ ਜਿਹੜੇ ਅਲਫਾਬੈਟ ਸਿੱਖਣੇ ਹੁੰਦੇ ਆ, ਵਾਵਲ ਸਿੱਖਣੇ ਹੁੰਦੇ ਆ, ਇਹਦੇ ਰੂਲ ਸਮਝਣੇ ਹੁੰਦੇ ਆ। ਉਸ ਰੂਲ ਨੂੰ ਸਮਝਣ ਤੇ ਪਹਿਲੀ ਬੁੱਕ ਨੂੰ ਕਰਨ ਤੇ ਬੇਸਿਕ ਵਾਲੀ, ਉਹ ਤੇ 3 ਮਹੀਨੇ ਲੱਗਦੇ ਆ। ਜੇ ਤੁਸੀਂ ਮਿਹਨਤ ਵਧਾ ਦਿੰਦੇ ਹੋ, ਜੇ ਡੇਲੀ 8 ਘੰਟੇ ਲਾ ਰਹੇ ਹਾਂ ਤਾਂ ਇਹ 1.5-2 ਮਹੀਨੇ 'ਚ ਪਹਿਲੀ ਬੁੱਕ ਹੋ ਸਕਦੀ ਹੈ। ਜੇ ਤੁਸੀਂ 4 ਘੰਟੇ ਡੇਲੀ ਲਾ ਰਹੇ ਹਾਂ ਤਾਂ ਇਹ 3 ਮਹੀਨੇ 'ਚ ਤੁਹਾਡੀ ਬੇਸਿਕ ਵਾਲੀ ਬੁੱਕ ਹੋ ਸਕਦੀ ਆ। ਜਿਹੜੀਆਂ ਹੁਣ ਪੋਸਟ ਆਈਆਂ ਹੈਗੀਆਂ, ਪੇਪਰ ਜਲਦੀ ਹੋਣਾ ਨਹੀਂ, ਨਵੀਂ ਸਰਕਾਰ ਬਣੀ ਆ, ਲੰਮਾ ਕੰਮ ਚੱਲੂਗਾ, ਮੰਤਰੀ ਮੰਡਲ ਬਣਨਾ ਹੈਗਾ, ਚੇਅਰਮੈਨ ਬਣਨਗੇ, ਐਸ ਸੀ ਬੋਰਡ ਹਲੇ ਬਣਿਆ ਨਹੀਂ, ਐਸ ਸੀ ਬੋਰਡ ਦੇ ਨਵੇਂ ਚੇਅਰਮੈਨ ਬਣਨਗੇ, ਮੈਂਬਰ ਬਣਨਗੇ, ਲੰਮਾ ਟਾਈਮ ਜਾਏਗਾ। ਸਟੂਡੈਂਟ ਕਮੈਂਟ ਕਰਦੇ ਵੀ ਕੀ ਮੈਂ ਇਹ ਸ਼ਾਰਟ ਹੈਂਡ ਇਨ ਟਾਈਮ ਵਿੱਚ ਸਿੱਖ ਸਕਦਾ ਕਿ ਪੇਪਰ ਕਦੋਂ ਹੋਏਗਾ? ਪੇਪਰ ਤੇ ਘੱਟੋ ਘੱਟ 6 ਮਿੰਟ ਤਾਂ ਨਹੀਂ ਪੇਪਰ ਹੋਣਾ, ਇਹ ਤਾਂ ਸ਼ੋਰ ਹੀ ਹੈ, ਤੁਹਾਨੂੰ ਪਤਾ ਹੀ ਇਹ ਗੱਲ ਦਾ ਵੀ ਲੰਮਾ ਟਾਈਮ ਜਾਊਗਾ। ਇਸ ਸਭ ਕੁਛ ਝਮੇਲਾ ਜਿਹੜਾ ਚੰਨੀ ਨੇ ਪਾਇਆ ਸਾਰੀਆਂ ਪੋਸਟਾਂ ਦਾ, ਇਹਨੂੰ ਸੈਟਲ ਹੋਣ 'ਤੇ ਟਾਈਮ ਲੱਗੂਗਾ। ਇਸ ਕਰਕੇ ਸ਼ਾਰਟ ਹੈਂਡ ਤੁਸੀਂ ਸਿੱਖਣਾ ਚਾਹੁੰਦੇ ਆ, ਜੇ ਤੁਸੀਂ ਅੱਜ ਸਟਾਰਟ ਕਰਦੇ ਹੋ 3 ਮਿੰਟ ਤੁਹਾਡਾ ਬੇਸਿਕ ਹੋਣਾ, ਉਦੋਂ ਅਗਲਾ 3 ਮਹੀਨਾ ਪੋਰਸ਼ਨ ਦੇ ਵਿੱਚ ਪਾਠ ਦੇ ਵਿੱਚ ਤੁਸੀਂ ਸਪੀਡ ਬਣਾਉਣੀ ਆ, ਜਿਸ 'ਚ ਤੁਸੀਂ ਵਰਡਿੰਗ ਕਵਰ ਕਰਨੀ ਆ, ਹਰੇਕ ਤਰ੍ਹਾਂ ਦਾ ਕੋਈ ਵੀ ਪੰਜਾਬੀ ਦਾ ਵਰਡ ਤੁਸੀਂ ਤੁਹਾਨੂੰ ਸ਼ਾਰਟ ਹੈਂਡ ਵਿੱਚ ਪਾਉਣਾ ਆਉਣਾ ਚਾਹੀਦਾ। ਵਰਨਮਾਲਾ ਹੈਗੀ ਆ, ਇਹਦੋਂ ਅੱਗੇ ਹੋਰ ਕੁਛ ਬਹੁਤ ਕੁਛ ਚੱਲੇਗਾ ਇਹਦੇ ਵਿੱਚ, ਬਹੁਤ ਟੈਕਨੀਕਸ ਹੈਗੇ ਜਿਹਦੇ ਨਾਲ ਅੱਖਰ ਨੂੰ ਛੋਟਾ ਕਰਨਾ ਹੁੰਦਾ ਹੈ। ਵਰਨਮਾਲਾ ਸਿਖਾਵਾਂਗੇ, ਉਹਦੇ ਵਿੱਚ ਅੱਖਰ ਨੂੰ ਛੋਟਾ ਕਰਨ ਨੂੰ, ਸਪੀਡ ਤੇ ਲਿਖਣ ਨੂੰ, ਉਹ ਸਾਰੇ ਟੈਕਨੀਕਸ ਨੂੰ ਸਿੱਖਣਾ ਪੈਂਦਾ ਫਸਟ ਬੁੱਕ ਦੇ ਵਿੱਚ। ਤੁਸੀਂ ਦੇਖਿਆ ਹੋਣਾ ਜਿਹੜੇ ਪੱਤਰਕਾਰ ਹੈਗੇ ਆ, ਕੋਈ ਵੀ ਮੰਤਰੀ ਭਾਸ਼ਣ ਦੇ ਰਿਹਾ, ਉਹਦੇ ਅੱਗੇ ਕਾਪੀ ਲੈ ਕੇ ਬੈਠੇ ਹੁੰਦੇ ਆ, ਉਹ ਸ਼ਾਰਟ 'ਚ ਲਿਖੇ ਜਾਂਦੇ। ਮੰਤਰੀ ਭਾਸ਼ਣ ਦੇ ਰਿਹਾ, ਉਹ ਸ਼ਾਰਟ 'ਚ ਲਿਖ ਰਹੇ ਆ, ਉਹ ਸ਼ਾਰਟ 'ਚ ਕੀ ਲਿਖ ਰਹੇ ਆ? ਇਹ ਸ਼ਾਰਟ ਹੈਂਡ ਭਾਸ਼ਾ ਉਹਨੇ ਸਿੱਖੀ ਹੋਈ ਆ, ਮਿਹਨਤ ਕੀਤੀ ਹੋਈ ਆ, ਉਸ ਕਰਕੇ ਹੀ ਉਹ ਰਿਪੋਰਟਰ ਲੱਗੇ ਆ, ਨਿਊਜ਼ ਰਿਪੋਰਟਰ ਹੈਗੇ, ਨਿਊਜ਼ ਚੈਨਲ ਹੈਗੇ ਆ, ਜਿੰਨੇ ਵੀ ਪੰਜਾਬ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਹੈਗੇ ਆ ਉਹ 'ਚ ਪੰਜਾਬੀ ਸਟੈਨੋ ਲੱਗਦੇ ਆ। ਸਟੈਨੋ ਟਾਈਪਿਸਟ ਦਾ ਮਤਲਬ ਇਕੱਲੀ ਪੰਜਾਬੀ, ਜੇ ਪੰਜਾਬ 'ਚ ਜੋਬ ਹੈਗੀ ਇਕੱਲੀ ਪੰਜਾਬੀ ਹੋਏਗੀ, ਸਟੈਨੋ ਟਾਈਪਿਸਟ 'ਚ ਹਾਈ ਕੋਰਟ ਆ ਤਾਂ ਇਕੱਲੀ ਇੰਗਲਿਸ਼ ਹੋਏਗੀ। ਜੂਨੀਅਰ ਸਕਿੱਲ ਦਾ ਮਤਲਬ ਦੋਨੋਂ ਇੰਗਲਿਸ਼ ਤੇ ਪੰਜਾਬੀ ਦੋਨੋਂ ਤੁਹਾਨੂੰ ਆਉਣੀ ਚਾਹੀਦੀਆਂ, ਉਸ ਨੂੰ ਆਪਾਂ ਰੀਡਰ ਕਹਿੰਦੇ, ਜਿਹਨੂੰ ਦੋਨੋਂ ਕੀਤੀਆਂ ਉਹਨੂੰ ਸਟੈਨੋਗ੍ਰਾਫਰ ਕਹਿੰਦੇ ਆ। ਇਕੱਲੀ ਪੰਜਾਬੀ ਵਾਲਾ ਸਟੈਨੋਟਾਈਪਿਸਟ, ਦੋਨੋਂ ਕੀਤੀ ਤਾਂ ਉਹਨੂੰ ਆਪਾਂ ਸਟੈਨੋਗ੍ਰਾਫਰ ਕਹਾਂਗੇ, ਰੀਡਰ ਕਹਾਂਗੇ, ਪੀਏ ਕਹਾਂਗੇ। ਉਹ ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਅਲੱਗ ਅਲੱਗ ਅਥਾਰਟੀ ਕਰਕੇ ਉਹਦਾ ਨਾਮ ਬਦਲ ਜਾਂਦਾ ਆ, ਹਰੇਕ ਡਿਪਾਰਟਮੈਂਟ ਦੇ ਅਕੋਰਡਿੰਗ ਉਹਦੀ ਨਾਮ ਬਦਲਦਾ ਆ, ਜਿਹੜਾ ਜਿਹੜੀ ਪੜ੍ਹਾਈ ਕੀਤੀ ਉਹਨੇ ਇਹ ਕੀਤੀ ਹੁੰਦੀ ਆ। ਠੀਕ ਹੈ, ਮਿਹਨਤ ਕਰਨਾ ਪਊਗਾ, ਮਿਹਨਤ ਬਿਨਾਂ ਗੱਲ ਨਹੀਂ ਬਣਨੀ ਹੈਗੀ ਆ। ਟਾਈਮ ਤੁਹਾਡੇ ਕੋਲ ਹੈਗਾ, ਫਾਰਮ ਭਰ ਕੇ ਛੱਡ ਦਿਓ, ਹੁਣ 6 ਤਰੀਕ ਲਾਸਟ 'ਤੇ ਫਾਰਮ ਭਰ ਦਿਓ, 5 ਦਿਨ ਫਾਰਮ ਭਰਨ 'ਤੇ ਲੱਗਦੇ ਆ, ਤਿਆਰੀ ਹੋ ਸਕਦੀ। ਕੋਈ ਵੀ ਆਪਣੇ ਨੇੜੇ ਦਾ ਇੰਸਟੀਟਿਊਟ ਜੁਆਇਨ ਕਰ ਲਓ, ਕੋਈ ਵੀ ਜਿਹੜਾ ਤੁਹਾਨੂੰ ਖੁੱਲ੍ਹਾ ਟਾਈਮ ਦੇਵੇ, ਖੁੱਲ੍ਹੀ ਮਿਹਨਤ ਕਰਾਵੇ, ਤੁਹਾਨੂੰ ਉਹ ਘੱਟੋ ਘੱਟ 3 ਮਹੀਨੇ 'ਚ ਪਹਿਲੀ ਬੁੱਕ ਕਰਵਾ ਦੇ, ਤਾਂ ਤੁਸੀਂ ਅਗਲੇ 3-3 ਮਹੀਨਿਆਂ 'ਚੋਂ ਬਾਕੀ ਵੀ ਵਰਡਿੰਗ ਕਵਰ ਕਰ ਸਕਦੇ ਹੋ, ਸਪੀਡ ਬਣਾ ਸਕਦੇ ਹੋ। 80 ਸਪੀਡ ਬਹੁਤ ਸਲੋ ਹੁੰਦੀ ਆ, ਜਿਹਨੂੰ ਹਰੇਕ ਬੱਚਾ ਹੁਣ ਜਿਹੜੇ ਸਿੱਖੇ ਬੈਠੇ ਆ ਉਹ ਟੱਪੇ ਬੈਠੇ ਆ, 100-120 ਤੱਕ ਲਿਖੀ ਜਾਂਦੇ ਆ, ਪਰ ਪੇਪਰ ਸਰਕਾਰ ਨੇ 80 'ਤੇ ਲੈਣਾ ਆ, ਤੁਸੀਂ 80 'ਤੇ ਪਹੁੰਚਣਾ ਆ, ਉਹਨਾਂ ਨੇ 80 'ਤੇ ਰੁਕਣਾ ਆ। ਠੀਕ ਹੈ, ਉਹ ਉਹਨਾਂ ਨੇ ਉਸ ਜਗ੍ਹਾ 'ਤੇ ਮੇਨਟੇਨ ਰੱਖਣਾ, ਜਿਹੜੀ ਪ੍ਰੈਕਟਿਸ ਕਰਦੇ ਪਏ ਰੁਕੇ ਰਹਿਣਗੇ, ਉਹ ਵਰਡਿੰਗ ਕਵਰ 'ਤੇ ਕਰਦੇ ਜਾਣਗੇ, ਤੁਸੀਂ ਉਹਨਾਂ ਦੇ ਨਾਲ ਰਲਣਾ ਹੈਗਾ। ਜਿਹੜੇ ਨਵੇਂ ਬੱਚੇ ਹੈਗੇ ਡਰਦੇ ਹੈਗੇ, ਪਤਾ ਨਹੀਂ ਕਵਰ ਹੋਏਗਾ ਕਿ ਨਹੀਂ ਹੋਏਗਾ, ਜੇ ਮਿਹਨਤ ਕਰੋਗੇ। ਅਸੀਂ ਸਾਡੀ ਟਾਈਮਿੰਗ ਹੈਗੀ ਸੁਬਹਾ 9 ਵਜੇ ਸਟੂਡੈਂਟ ਨੂੰ ਬਿਠਾਉਂਦੇ, ਸ਼ਾਮ ਨੂੰ 5 ਵਜੇ ਛੱਡਦੇ ਹਾਂ, ਜਿਹੜਾ ਬੇਸਿਕ ਵਾਲਾ ਹੈਗਾ। ਜੇ ਤੁਸੀਂ ਤੁਹਾਨੂੰ ਸੈਂਟਰ ਇਸ ਤਰ੍ਹਾਂ ਦਾ ਕੋਈ ਮਿਲਦਾ ਹੈਗਾ ਜਿਹੜਾ ਤੁਹਾਨੂੰ ਖੁੱਲ੍ਹਾ ਟਾਈਮ ਦਿੰਦਾ ਹੈਗਾ, ਜਿਹੜਾ ਪੈਸੇ ਉਹ ਕਹਿ ਦਿਓ ਵੀ ਖੁੱਲ੍ਹਾ ਪੈਸਾ ਲੈ ਲਓ, ਜਿੰਨੇ ਮਰਜ਼ੀ ਡਬਲ ਪੈਸੇ ਲੈ ਲਏ ਉਹ, ਪਰ ਇਹ ਟਾਈਮ ਖੁੱਲ੍ਹਾ ਲਾਓਗੇ ਤਾਂ ਇਹ ਕਵਰ ਹੋ ਸਕਦਾ। ਜੇ ਤੁਸੀਂ ਕਹਿੰਦੇ ਵੀ 1 ਘੰਟਾ 2 ਘੰਟੇ ਲਾ ਕੇ ਸ਼ਾਰਟ ਰਨ ਹੋ ਜਾਏਗੀ, ਉਹ ਨਹੀਂ ਹੋਣੀ। ਜੇ ਕੋਈ ਸੈਂਟਰ ਵਾਲਾ ਤੁਹਾਨੂੰ 1 ਘੰਟਾ ਜਾਂ 2 ਘੰਟੇ ਲਵਾਉਂਦਾ ਆ, ਫਿਰ ਨਹੀਂ ਹੋਣੀ, ਫਿਰ ਫਸਟ ਬੁੱਕ ਹੀ ਸਾਲ ਵਿੱਚ ਹੁੰਦੀ ਆ। ਉਹ ਟੀਚਰ ਤੇ ਡਿਪੈਂਡ ਆ ਵੀ ਟੀਚਰ ਜੇ ਪੈਸੇ ਕਮਾਉਣਾ ਚਾਹੁੰਦਾ ਤਾਂ ਉਹਨੂੰ ਹੌਲੀ ਹੌਲੀ ਤੋਰ ਸਕਦਾ ਹੈ, ਜੇ ਉਹਨੂੰ ਸਟੈਨੋ ਲਵਾਉਣਾ ਚਾਹੁੰਦਾ ਆ ਫਿਰ ਉਹਨੂੰ ਖੁੱਲ੍ਹਾ ਟਾਈਮ ਦੇ ਸਕਦਾ ਆ। ਉਹ ਤੋਂ ਪਹਿਲਾਂ ਉਹਨੂੰ ਖੁੱਲ੍ਹ ਕੇ ਕਹਿ ਦੇ ਵੀ ਮੈਨੂੰ ਫੀਸ ਡਬਲ ਦੇ ਦੇ, ਵੀ ਟਾਈਮ ਖੁੱਲ੍ਹਾ ਲਾਭ ਇੰਨੇ ਟਾਈਮ 'ਚ ਕਵਰ ਨਹੀਂ ਹੋ ਸਕਦਾ। ਤੁਹਾਨੂੰ ਤਾਂ ਹੀ ਸਪਸ਼ਟ ਦੱਸੀ ਜਾਂਦਾ ਜੇ 8 ਘੰਟੇ ਲਾਓਗੇ ਤਾਂ ਕਵਰ ਹੋਏਗਾ, ਜੇ ਤੁਸੀਂ 2 ਘੰਟੇ ਲਾ ਰਹੇ ਹੋ ਜਾਂ 4 ਘੰਟੇ ਲਾ ਰਹੇ ਹੋ ਫਿਰ ਨਹੀਂ ਹੋਣਾ ਕੁਛ ਵੀ ਕਵਰ। ਵਰਡਿੰਗ ਕਵਰ ਕਰਨੀ ਪੈਂਦੀ, ਬੁੱਕਸ ਕਰਨੀ ਪੈਂਦੀਆਂ, ਫਸਟ ਬੁੱਕ ਤੋਂ ਲਾਓ ਵੀ, ਹੋਰ ਸਭ ਕੁਛ ਤੁਸੀਂ ਇਸ ਚੈਨਲ ਦੀ ਪਲੇਲਿਸਟ ਚੈੱਕ ਕਰੋਗੇ ਤੁਹਾਨੂੰ ਪਤਾ ਲੱਗ ਜੂ।
400 ਦਾ ਪਹਿਲਾਂ ਤੁਸੀਂ ਇਸ ਭਾਸ਼ਾ ਵਿੱਚ ਜਿਹੜੀ ਮੈਂ ਤੁਹਾਨੂੰ ਸਿੰਬਲ ਦੱਸੇ ਆ ਇਸ ਭਾਸ਼ਾ ਵਿੱਚ ਲਿਖਣਾ ਸ਼ਾਰਟ 'ਚ ਲਿਖਣਾ। ਹੁਣ ਜੇ ਮੰਨ ਲਓ ਸੁਖਬੀਰ ਸਿੰਘ ਬਾਦਲ ਲਿਖਣਾ ਹੈ ਉਹ ਸੁਖਬੀਰ ਸਿੰਘ ਬਾਦਲ ਸ਼ਾਰਟ ਹੈਂਡ ਵਿੱਚ ਇੱਦਾਂ ਹੀ ਪੈ ਜਾਂਦਾ। ਆਹ ਸੁਖਬੀਰ ਸਿੰਘ ਬਾਦਲ ਆ, ਪ੍ਰਕਾਸ਼ ਸਿੰਘ ਬਾਦਲ ਇੱਦਾਂ ਪੈਂਦਾ, ਡਾਕਟਰ ਮਨਮੋਹਨ ਸਿੰਘ ਇੱਦਾਂ ਪੈਂਦਾ। ਠੀਕ ਹੈ, ਇਹ ਤੁਸੀਂ ਸ਼ਾਰਟ 'ਚ ਇਹ ਲੈਂਗੁਏਜ ਲਿਖ ਲੈਣੀ ਹੈ। ਇਸ ਲੈਂਗੁਏਜ ਨੂੰ ਪੜ੍ਹ ਕੇ ਨੋਰਮਲ ਰਾਵੀ 'ਚ ਫੌਂਟ ਕਰਨਾ, ਟਾਈਪ ਕਰਨਾ ਉਹਨੂੰ। ਤੁਹਾਡੇ ਸਾਹਮਣੇ ਪੰਜਾਬੀ ਨਹੀਂ ਹੋਣੀ, ਤੁਹਾਡੇ ਸਾਹਮਣੇ ਇਹ ਲੈਂਗੁਏਜ ਦਾ ਪਹਿਰਾ ਹੋਊਗਾ। 400 ਵਰਡ ਦਾ ਪਹਿਰਾ ਇੱਕ ਨੋਰਮਲ ਹਿਊਮਨ ਬੀਂਗ ਨਹੀਂ ਬੋਲਣਾ, ਤੁਹਾਨੂੰ ਸਾਊਂਡ ਸੁਣਾਈ ਜਾਣੀ ਆ। 400 ਵਰਡ ਦਾ ਪਹਿਰਾ ਬੋਲਿਆ ਜਾਣਾ ਕਿਸੇ ਵੀ ਉਹ ਕਿਤਾਬ 'ਚੋਂ ਹੋ ਸਕਦਾ, ਅਖਬਾਰ 'ਚੋਂ ਹੋ ਸਕਦਾ, ਕਿਸੇ ਵੀ ਮੈਗਜ਼ੀਨ 'ਚੋਂ 400 ਵਰਡ ਦਾ ਪਹਿਰਾ ਬੋਲਿਆ ਜਾਣਾ। 400 ਵਰਡ ਦੇ ਪਹਿਰੇ ਨੂੰ 5 ਮਿੰਟਾਂ 'ਚ ਬੋਲਣਾ, 80 ਸਪੀਡ ਬਣਦੀ ਆ। 60 ਸੈਕਿੰਡ ਆ, 80 ਵਰਡ ਬੋਲੇ ਜਾਣੇ ਆ। ਤੁਸੀਂ ਇਸ ਸ਼ਾਰਟ ਭਾਸ਼ਾ ਵਿੱਚ ਉਹਨੂੰ ਫਾਸਟ ਲਿਖ ਸਕਦੇ ਹੋ। ਸਟੈਨੋਗ੍ਰਾਫਰ 1 ਸੈਕਿੰਡ ਵਿੱਚ 6 ਅੱਖਰ ਲਿਖ ਦਿੰਦਾ ਹੈ, 8-8 ਅੱਖਰ ਲਿਖ ਸਕਦਾ। ਜਿਹੜੀ ਹਾਈਐਸਟ ਸਪੀਡ ਹੈਗੀ 180 ਦੀ ਹੈਗੀ ਇੰਡੀਆ ਦੇ ਵਿੱਚ, ਅਤੇ ਸਰਕਾਰ ਨੇ ਸਿਰਫ 80 ਮੰਗੀ ਆ। ਠੀਕ ਆ, ਬਹੁਤ ਸਲੋ ਸਪੀਡ ਹੁੰਦੀ 80 ਵਾਲੀ। ਜਿਹੜਾ ਬੰਦਾ ਮਿਹਨਤ ਕਰਦਾ ਹੈਗਾ ਉਹਨੂੰ ਪਤਾ, ਜਿਹੜਾ ਸਿੱਖਿਆ ਹੋਇਆ ਉਹਨੂੰ ਪਤਾ ਇਹ ਗੱਲ ਦਾ ਵੀ 80 ਸਪੀਡ ਕਿੰਨੀ ਕੁ ਹੁੰਦੀ ਆ। ਵਰਡਿੰਗ ਕਵਰ ਕਰਨੀ ਆ, ਸਪੀਡ ਇੰਨੀ ਜ਼ਿਆਦਾ ਨਹੀਂ ਹੁੰਦੀ। 400 ਵਰਡ ਦਾ ਪਹਿਰਾ 5 ਮਿੰਟਾਂ 'ਚ ਬੋਲਣਾ, 80 ਸਪੀਡ ਬਣਦੀ ਆ। ਉਹ 400 ਵਰਡ ਦਾ ਪਹਿਰਾ ਜਿਹੜਾ ਤੁਸੀਂ ਸ਼ਾਰਟ ਵਿੱਚ ਲਿਖਿਆ, ਸ਼ਾਰਟ 'ਚ ਜਿਹੜਾ ਤੁਸੀਂ 400 ਵਰਡ ਦਾ ਪਹਿਰਾ ਲਿਖਿਆ ਉਹਨੂੰ ਨੋਰਮਲ ਕਨਵਰਟ ਕਰਨਾ ਤੁਸੀਂ ਪੰਜਾਬੀ ਦੇ ਵਿੱਚ। ਕੰਪਿਊਟਰ 'ਤੇ ਪੇਪਰ ਹੋਣਾ, 27 ਮਿੰਟਾਂ 'ਚ ਤੁਸੀਂ ਉਸ ਨੂੰ ਕਨਵਰਟ ਕਰਨਾ। 400 ਵਰਡ ਦੇ ਪਹਿਰੇ ਨੂੰ ਪੜ੍ਹਨਾ ਆ, ਅਤੇ ਉਸ ਹੁਣ ਮੰਨ ਲਓ ਇਹ ਤੁਸੀਂ ਸ਼ਾਰਟ ਹੈਂਡ ਪੜ੍ਹਨ ਲਈ ਇਹਨੂੰ ਆਪਾਂ ਪੰਜਾਬੀ 'ਚ ਕਨਵਰਟ ਕਰਨਾ। ਜੇ ਤੁਹਾਨੂੰ ਸਹੀ ਸਪੈਲਿੰਗ ਸ਼ੁੱਧ ਪੰਜਾਬੀ ਨਹੀਂ ਆਉਂਦੀ ਤਾਂ ਟਾਈਪ ਨਹੀਂ ਹੋਣਾ, ਸ਼ੁੱਧ ਪੰਜਾਬੀ ਸਿੱਖਣੀ ਪਊਗੀ। ਸ਼ੁੱਧ ਪੰਜਾਬੀ ਹੋਊਗੀ ਤਾਂ ਹੀ ਟਾਈਪ ਹੋਏਗਾ। 400 ਵਰਡ ਦਾ ਪਹਿਰਾ 5 ਮਿੰਟ ਬੋਲੇਗਾ, ਉਹਨੂੰ ਅੰਡਰਸਟੈਂਡ ਕਰਨਾ ਸ਼ਾਰਟ ਹੈਂਡ ਨੂੰ, ਅਤੇ ਟਾਈਪ ਕਰਨਾ। ਤੁਸੀਂ ਸਪੈਲਿੰਗ ਖੁਦ ਬਣਾਉਣੀ, ਤੁਹਾਡੇ ਅੰਦਰ ਉਹ ਸਪੈਲਿੰਗ ਹੋਣੀ ਚਾਹੀਦੀ, ਤੁਹਾਨੂੰ ਸ਼ੁੱਧ ਪੰਜਾਬੀ ਆਉਣੀ ਚਾਹੀਦੀ ਆ। ਉਸ ਪੰਜਾਬੀ ਨੂੰ ਟਾਈਪ ਕਰਨਾ ਆ 27 ਮਿੰਟਾਂ 'ਚ। ਰਾਵੀ ਫੌਂਟ ਕੰਪਿਊਟਰ 'ਤੇ ਪੇਪਰ ਹੋਣਾ, ਬਸ ਉਹ ਉਸੇ ਦੀ ਮੈਰਿਟ ਬਣਨੀ ਆ। ਉਸ ਨੂੰ ਗੌਰਮੈਂਟ ਨੇ ਚੈੱਕ ਕਰਨਾ, ਤੁਹਾਡੀ ਸ਼ਾਰਟ ਹੈਂਡ ਨਹੀਂ ਚੈੱਕ ਹੋਣੀ। ਸ਼ਾਰਟ ਹੈਂਡ ਜਿਹੜਾ ਬੰਦਾ ਲਿਖਦਾ ਸਿਰਫ ਉਹੀ ਪੜ੍ਹ ਸਕਦਾ, ਕਿਸੇ ਹੋਰ ਦੀ ਸ਼ਾਰਟ ਹੈਂਡ ਕੋਈ ਦੂਜਾ ਬੰਦਾ ਨਹੀਂ ਪੜ੍ਹ ਸਕਦਾ। ਪਹਿਲੇ 3 ਮਹੀਨੇ ਤੱਕ ਜਿਹੜਾ ਬੱਚੇ ਬਰਾਬਰ ਰਹਿੰਦੇ ਆ, ਜਦੋਂ ਬੰਦਾ ਸਪੀਡ 'ਤੇ ਆ ਜਾਂਦਾ ਫਿਰ ਬੱਚੇ ਅਲੱਗ ਅਲੱਗ ਸਾਡੇ ਲਿਖਣ ਲੱਗ ਪੈਂਦੇ ਆ। ਸਿਰਫ ਟਾਈਪ ਉਹ ਸੇਮ ਕਰਦੇ ਆ, ਲਿਖਦੇ ਸ਼ਾਰਟ ਹੈਂਡ ਅਲੱਗ ਅਲੱਗ ਆ। ਠੀਕ ਹੈ, ਇਸ ਕਰਕੇ ਸ਼ਾਰਟ ਹੈਂਡ ਚੈੱਕ ਨਹੀਂ ਹੋਣੀ। ਸ਼ਾਰਟ ਹੈਂਡ ਵੇਖ ਕੇ ਤੁਹਾਡਾ ਟਾਈਪ ਕਰੋਗੇ ਚੈੱਕ ਉਹ ਹੋਣਾ, ਉਸ ਜਿਹੜਾ ਗੌਰਮੈਂਟ ਤੁਸੀਂ ਨੋਟੀਫਿਕੇਸ਼ਨ ਪੜ੍ਹਿਆ ਹੋਣਾ ਉਹ 'ਚ 32 ਗਲਤੀ ਮਾਫ ਕਿਹਾ। ਉਹ ਟਾਈਪ ਦੇ ਵਿੱਚ ਜਿਹੜੀ ਗਲਤੀਆਂ ਮਾਫ ਆ। ਸ਼ਾਰਟ ਹੈਂਡ 'ਚ ਜੋ ਮਰਜ਼ੀ ਲਿਖੀ ਚੱਲੋ, ਉਹ 'ਚ ਵਰਡ ਛੁੱਟ ਵੀ ਜਾਣ ਪਰ ਤੁਹਾਡਾ ਟਾਈਪ ਪ੍ਰੋਪਰ ਸਹੀ ਤੁਹਾਨੂੰ ਆਉਣਾ ਚਾਹੀਦਾ, ਉਹ ਟਾਈਪ ਕੀਤਾ ਹੋਣਾ ਚਾਹੀਦਾ। 400 ਵਰਡ ਦਾ ਪਹਿਰਾ ਬੋਲਿਆ, ਜ਼ਰੂਰੀ ਨਹੀਂ ਉਹ ਸਾਡਾ ਸਾਰਾ ਲਿਖਿਆ ਜਾਊਗਾ, 350 ਵਰਡ ਜਾਂ 20-25 ਵਰਡ ਘੱਟ ਵੀ ਸਕਦੇ ਆ, ਪਰ ਜੋ ਤੁਸੀਂ ਉਹਨੂੰ ਟਾਈਪ ਕਰੋਗੇ ਫਿਰ ਪ੍ਰੋਪਰ 400 ਵਰਡ ਹੀ ਟਾਈਪ ਕਰਨਾ ਹੈ, ਉਹਦੇ ਵਿੱਚੋਂ ਤੁਹਾਨੂੰ 32 ਗਲਤੀ ਮਾਫ ਆ। ਸ਼ਾਰਟ ਦਾ ਮਤਲਬ ਸ਼ਾਰਟ 'ਚ ਕੁਛ ਵੀ ਲਿਖ ਲਿਆ ਤੁਸੀਂ ਉਹਨੂੰ ਪ੍ਰੋਪਰ ਸਹੀ ਟਾਈਪ ਕਰਨਾ ਹੈ, ਨੋਰਮਲ ਪੰਜਾਬੀ ਵਿੱਚ ਰਾਵੀ ਫੌਂਟ 'ਚ ਹੀ ਕਰਨਾ ਹੈ। ਠੀਕ, ਉਸੀ ਇਹੀ ਪੇਪਰ, ਹੋਰ ਕੁਛ ਨਹੀਂ ਹੋਣਾ। ਰਿਟਰਨ ਨਹੀਂ ਹੋਣਾ, ਕੋਈ ਤੁਹਾਡੀ ਗ੍ਰੈਜੂਏਸ਼ਨ ਦੀ ਮੈਰਿਟ ਨਹੀਂ ਬਣਨੀ, ਕੋਈ ਤੁਹਾਡੀ ਏਜ ਨਹੀਂ ਵੇਖੀ ਜਾਣੀ, ਕੋਈ ਜਾਤ ਨਹੀਂ ਵੇਖੀ ਜਾਣੀ, ਜਾਤ ਵੀ ਨਹੀਂ ਚੱਲਦੀ, ਇਹ ਧਿਆਨ ਰੱਖੋ। ਸ਼ਾਰਟ ਹੈਂਡ 'ਚ ਕੋਈ ਜਾਤ ਨਹੀਂ ਚੱਲਣੀ, ਜਾਤ ਕੋਈ ਮੈਟਰ ਨਹੀਂ ਕਰਦੀ। ਜੇ ਤੁਸੀਂ ਫੇਲ ਆ, ਤੁਹਾਡੀ 33 ਗਲਤੀਆਂ ਹੋ ਗਈਆਂ, ਤੁਸੀਂ ਬਾਹਰ ਆ, ਭਾਵੇਂ ਜਿਹੜੀ ਮਰਜ਼ੀ ਜਾਤ ਦੇ ਹੋ, 33 ਗਲਤੀਆਂ ਬਾਹਰ, ਸਿੱਧਾ ਫੇਲ ਆ। ਠੀਕ, ਇਸ ਕਰਕੇ ਤੁਸੀਂ ਇਸ ਚੀਜ਼ 'ਤੇ ਫੋਕਸ ਕਰਨਾ ਹੈਗਾ ਵੀ ਤੁਸੀਂ ਇਹ 400 ਵਰਡ ਦਾ ਪਹਿਰਾ 27 ਮਿੰਟ ਟਾਈਪ ਕਰਨਾ ਆ, ਜਿਹੜੀ 15 ਸਪੀਡ 15-16 ਦੀ ਸਪੀਡ ਬਣਦੀ ਆ। ਟਾਈਪਿੰਗ ਸਪੀਡ ਵੀ ਜ਼ਿਆਦਾ ਮੈਟਰ ਨਹੀਂ ਕਰਦੀ ਹੈਗੀ, ਤੁਹਾਡੇ ਸਾਹਮਣੇ 400 ਵਰਡ ਦਾ ਪਹਿਰਾ 27 ਮਿੰਟਾਂ 'ਚ ਟਾਈਪ ਕਰਨਾ, ਬਹੁਤ ਵਾਧੂ ਟਾਈਮ ਹੁੰਦਾ ਹੈ। ਸਾਡੇ ਬੱਚੇ ਜਿਹੜੇ ਹੁਣ ਸਾਡੇ ਕੋਲ ਆਫਲਾਈਨ ਪੜ੍ਹਦੇ ਆ ਉਹ 15 ਮਿੰਟਾਂ 'ਚ ਟਾਈਪ ਕਰ ਲੈਣ, 400 ਵਰਡ ਦਾ 15-12 ਮਿੰਟਾਂ 'ਚ ਟਾਈਪ ਕਰ ਲੈਂਦੇ ਆ, ਕਿਉਂਕਿ ਉਹਨੇ ਸਾਹਮਣੇ ਸ਼ਾਰਟ ਹੈਂਡ ਜਿਹੜੀ ਪੰਜਾਬੀ ਨੂੰ ਸਾਫ਼ ਲਿਖੀ ਹੁੰਦੀ ਆ, ਸਪੀਡ ਉਹਨਾਂ ਦੀ 40-45 ਹੈਗੀ ਆ, ਉਹ ਕਰ ਦਿੰਦੇ ਆ। ਇਹੀ ਪ੍ਰਸਿੱਧ ਰਹਿਣਾ ਤੁਹਾਡਾ ਟੈਸਟ ਦਾ, ਹੋਰ ਕੋਈ ਰਿਟਰਨ ਨਹੀਂ ਹੈਗਾ ਇਹਦੇ ਵਿੱਚ। ਅਤੇ ਬਸ ਜਿਹੜਾ ਬੱਚਾ ਮਿਹਨਤ ਕਰ ਲਊਗਾ, ਜਿਹੜਾ ਸ਼ੁੱਧ ਪੰਜਾਬੀ ਪੇਂਡੂ ਘਰ ਤੋਂ ਰਹਿਣ ਵਾਲਾ, ਉਹ ਇਸ ਪੇਪਰ ਨੂੰ ਪਾਸ ਕਰ ਸਕਦਾ। ਜਿਹਦੇ ਉਹਦੀ ਘਰ ਦੇ ਵਿੱਚ ਪੰਜਾਬੀ ਨਹੀਂ ਪ੍ਰੋਪਰ ਬੋਲੀ ਜਾਂਦੀ, ਜਾਂ ਹਿੰਦੀ ਬੋਲੀ ਜਾਂਦੀ, ਜਾਂ ਹਿੰਦੀ ਟੱਚ ਹੈਗਾ, ਜਾਂ ਕਿਸੇ ਹੋਰ ਪਾਸੇ ਗਿਆ, ਉਹ ਪੇਪਰ ਬੰਦਾ ਪਾਸ ਨਹੀਂ ਕਰਦਾ। ਜਿਹੜੇ ਘਰੇ ਜਿਹਦੇ ਘਰ ਵਿੱਚ ਸ਼ੁੱਧ ਪੰਜਾਬੀ ਬੋਲੀ ਜਾਂਦੀ, ਉਹ ਇਸ ਪੇਪਰ ਨੂੰ ਆਰਾਮ ਨਾਲ ਪਾਸ ਕਰ ਸਕਦਾ, ਉਹ ਇਹਨੂੰ ਸਮਝ ਸਕਦਾ ਆ। ਬਹੁਤ ਸਾਡੇ ਬੱਚੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ 6 ਮਹੀਨੇ ਜੋਬ 'ਤੇ ਲੱਗੇ ਹੈਗੇ ਆ, ਅਤੇ ਬਹੁਤ ਇਸ ਤਰ੍ਹਾਂ ਦੇ ਹੈਗੇ ਜਿਹੜੇ 400 ਤੁਹਾਡੇ ਕੋਲ ਹੀ ਆ। ਇਹ ਤੁਹਾਡੀ ਸਕਿੱਲ 'ਤੇ ਡਿਪੈਂਡ ਕਰਦਾ, ਕਿੰਨੀ ਮਿਹਨਤ ਕਰਦੇ ਤੁਸੀਂ ਉਸੇ ਨੂੰ ਉਨੀ ਜਲਦੀ ਹੀ ਕਵਰ ਕਰੋਗੇ। ਜਿੰਨੀ ਤੁਸੀਂ ਮਿਹਨਤ ਕਰੋਗੇ, ਤੁਹਾਡੇ ਲਈ ਸਹੀ ਮੌਕਾ ਹੈਗਾ। ਹੁਣ ਅਪਲਾਈ ਕੀਤਾ ਅਤੇ 6 ਮਹੀਨੇ ਤੱਕ ਪੇਪਰ ਹੋਣਾ ਆ, ਅਤੇ ਨਹੀਂ ਤਾਂ ਬੱਚੇ ਪਹਿਲਾਂ ਤਾਂ ਤਿਆਰੀ ਕਰਕੇ ਬੈਠੇ ਅਤੇ ਵੇਟ ਕਰਦੇ ਪਏ ਸੀਗੇ। ਇਸ ਕਰਕੇ ਮੂਡ ਬਣਾਓ ਅਤੇ ਆਪਣੇ ਨੇੜੇ ਤੇਰੇ ਕੋਈ ਵੀ ਸੈਂਟਰ ਤੁਹਾਨੂੰ ਲੱਭਦਾ ਹੈ ਉੱਥੇ ਨੂੰ ਜੁਆਇਨ ਕਰੋ। ਗੱਲ ਹੁੰਦਾ ਸੀ ਕਿ ਵੀ ਤੁਸੀਂ ਟਾਈਮ ਵਧਾਉਣਾ ਉੱਥੇ, ਜੇ ਕਲਾਸ ਲਾ ਰਹੀ ਕਲਾਸ ਆ ਕੇ 2 ਘੰਟੇ ਲਾ ਕੇ ਮੁੜੇ ਫਿਰ ਜੋਬ ਨਹੀਂ ਮਿਲਣੀ ਆਪਦੇ ਟੀਚਰ, ਜੇ ਤੁਹਾਨੂੰ ਉੱਥੇ ਨਹੀਂ ਬਿਠਾਉਂਦਾ ਹੈਗਾ ਉਹ ਤੋਂ ਵੱਧ ਕੰਮ ਲਓ ਵੀ ਮੈਂ ਘਰੇ ਜ਼ਿਆਦਾ ਕੰਮ ਕਰਨਾ, ਜਲਦੀ ਐਕਸਰਸਾਈਜ਼ ਕਵਰ ਕਰਨੀਆਂ ਹੈਗੀਆਂ। ਸਾਡੀ ਫਸਟ ਬੁੱਕ ਦੀਆਂ ਜਿਹੜੀਆਂ 88 ਐਕਸਰਸਾਈਜ਼ਾਂ ਉਹ 88 ਦਿਨ 'ਚ ਵੀ ਹੋ ਸਕਦੀਆਂ, 44 ਦਿਨ 'ਚ ਵੀ ਹੋ ਸਕਦੀਆਂ, ਇੱਕ ਦਿਨ 'ਚ ਆਪਾਂ 2 ਵੀ ਕਰ ਸਕਦੇ ਹਾਂ।
ਠੀਕ ਹੈ ਜੀ, ਤੁਹਾਨੂੰ ਸੈਂਟਰ ਅਲਾਓ ਨਹੀਂ ਕਰਦਾ ਹੈਗਾ, ਫਿਰ ਆਪਣਾ ਆਨਲਾਈਨ ਹੈਗੇ ਹਾਂ ਅਸੀਂ, ਪੂਰਾ ਦਿਨ ਅਵੇਲੇਬਲ ਰਹਿੰਦੇ, ਸੁਬਾਹ 8 ਤੋਂ ਲੈ ਕੇ ਸ਼ਾਮ 8 ਵਜੇ ਤੱਕ ਬੱਚੇ ਨੂੰ ਪੂਰਾ ਦਿਨ ਹੀ ਅਸੀਂ ਗਾਈਡ ਕਰਦੇ ਰਹਿੰਦੇ, ਪੂਰਾ ਦਿਨ ਹੀ ਉਹ ਟੈਸਟ ਦਿੰਦਾ ਰਹਿੰਦਾ, ਚੈੱਕ ਕਰਵਾਉਂਦਾ ਰਹਿੰਦਾ, ਗੱਲ ਹੁੰਦੀ ਰਹਿੰਦੀ ਆ ਅਤੇ ਉਹ ਜਲਦੀ ਕਵਰ ਕਰ ਰਿਹਾ। ਇਸ ਕਰਕੇ ਤੁਸੀਂ ਸਟਾਰਟ ਕਰੋ ਉਹਨੂੰ ਬਿਨਾਂ ਡਰੇ ਵੀ ਪਤਾ ਨਹੀਂ ਕਵਰ ਹੋਏਗਾ ਕਿ ਨਹੀਂ ਹੋਏਗਾ। ਤਰੀਕਾ ਤੁਹਾਨੂੰ ਦੱਸ ਦਿੱਤਾ ਵੀ 8 ਘੰਟੇ ਘੱਟੋ ਘੱਟ ਲਾਉਣੇ ਪੈਣਗੇ, 8 ਘੰਟੇ ਤੁਸੀਂ ਸੌਵੋ, 8 ਘੰਟੇ ਤੁਸੀਂ ਘਰੇਲੂ ਕੰਮ ਕਰੋ ਅਤੇ 8 ਘੰਟੇ ਤੁਹਾਨੂੰ ਆਪਦੀ ਸ਼ਾਰਟ ਹੈਂਡ ਨੂੰ ਦੇਣੇ ਪੈਣਗੇ, ਇਹਦੂ ਘੱਟ ਨੌਕਰੀ ਨਹੀਂ ਮਿਲਣੀ। 32 ਗਲਤੀਆਂ ਸਿਰਫ ਪਾਸ ਹੋਣ ਵਾਸਤੇ, ਲਿਸਟ ਵਿੱਚ ਆਉਣ ਵਾਸਤੇ ਆ, ਜੋਬ ਲੱਗਣ ਵਾਸਤੇ ਨਹੀਂ ਹੈਗਾ। ਤੁਹਾਨੂੰ ਉਸ 0 ਗਲਤੀ ਤੱਕ ਉਸ ਮੈਰਿਟ ਦੇ ਵਿੱਚ ਰਹਿਣਾ ਆ। 20,000 ਫਾਰਮ ਵੀ ਭਰਿਆ ਜਾਊਗਾ, 5,000 ਬੰਦਾ ਪਾਸ ਵੀ ਹੋਊਗਾ 32 ਗਲਤੀਆਂ ਨਾਲ। ਜੋਬ ਲੱਗਣਗੇ ਪਹਿਲੇ 312, ਉਸ ਲੈਵਲ 'ਤੇ ਪਹੁੰਚਣਾ। ਸ਼ਾਰਟ ਹੈਂਡ ਹਰੇਕ ਬੰਦਾ ਸਿੱਖਣ ਤਾਂ ਲੱਗ ਪੈਂਦਾ, ਔਖੀ ਆ, ਬਹੁਤ ਔਖੀ ਆ, ਪਰ ਜੋਬ ਮਿਲਦੀ ਆ। ਜੇ ਸੌਖੀ ਕਰਕੇ ਘਰੇ ਪੈਣਾ, ਹੁਣ ਤੁਸੀਂ ਲੜਕਾ ਪੇਪਰ ਪਹਿਲਾਂ ਦਿੱਤੇ ਹੋਏ ਆ, ਲੱਖਾਂ ਲੋਕਾਂ ਨੇ ਫਾਰਮ ਭਰਤੇ, ਹਰੇਕ ਬੰਦੇ ਨੂੰ ਤੁੱਕੇ ਲਾ ਕੇ ਆਉਂਦੇ, ਹਰੇਕ ਬੰਦਾ ਡਰਾਈਵਿੰਗ ਕਰੀ ਜਾਂਦਾ, ਇਹਦੇ ਵਿੱਚ ਇੱਦਾਂ ਨਹੀਂ ਹੋਣਾ। ਹਰੇਕ ਦੇ ਵੱਸ ਦੀ ਚੀਜ਼ ਨਹੀਂ ਹੈਗੀ, ਹੁਣ ਕਹਿਣ ਨੂੰ ਕਹੀ ਜਾਂਦਾ ਹਰੇਕ ਬੰਦਾ ਨਹੀਂ ਕਰ ਸਕਦਾ, ਜਿਹੜਾ ਬੰਦਾ ਕਰੂਗਾ ਤੇ ਮਨ ਮਾਰ ਕੇ ਕਰਨਾ ਪੈਣਾ। ਜਿਵੇਂ ਬੱਚਾ ਸਕੂਲ ਜਾਣ ਲੱਗੇ ਰੋਂਦਾ ਆ ਵੀ ਮੈਂ ਮੈਨੂੰ ਕਦੋਂ ਭੇਜੇ ਜਾਂਦੇ, ਉਹਦੇ ਤੁਹਾਡੇ ਦਿਲ ਵੀ ਕਰੂ ਵੀ ਮੈਂ ਛੱਡਦਾ ਉਹਨੂੰ ਨਾ ਕਰਾਂ, ਪਰ ਉਸ ਦਿਲ ਨੂੰ ਜੇ ਮਨ ਨੂੰ ਮਾਰ ਲਿਆ, ਮਨ ਨੂੰ ਜਿੱਤ ਲਿਆ, ਜਿਵੇਂ ਗੁਰੂਆਂ ਨੇ ਆਪਣੇ ਕਿਹਾ ਜੇ ਮਨ ਨੂੰ ਜਿੱਤ ਲਿਆ ਤਾਂ ਸ਼ਾਰਟ ਹੈਂਡ ਕਰ ਸਕਦੇ ਹਾਂ। ਜੇ ਤੁਹਾਡੇ ਮਨ ਨੇ ਤੁਹਾਨੂੰ ਜਿੱਤ ਲਿਆ ਵੀ ਤੂੰ ਤੇਰੇ ਤੋਂ ਨਹੀਂ ਹੋਣਾ, ਛੱਡ ਖੜਾ, ਬਹੁਤ ਔਖਾ ਕੰਮ ਆ, ਤਾਂ ਤੁਸੀਂ ਵਿੱਚ ਛੱਡ ਦੋਗੇ ਅਤੇ ਫਿਰ ਬਾਅਦ ਜਦੋਂ ਜੋਬ ਤੁਹਾਡੇ ਨਾਲ ਦੇ ਬੰਦੇ ਕੋਈ ਲੱਗ ਜਾਣਗੇ ਤਾਂ ਉਹ ਤੁਹਾਨੂੰ ਫਿਰ ਦੁਬਾਰਾ ਗਾਈਡ ਕਰਨਗੇ ਵੀ ਅਸੀਂ ਸਟੈਨੋ ਕਿਤੇ ਜੋਬ ਲੱਗ ਗਿਆ, ਤੂੰ ਵੀ ਸਟੈਨੋ ਕਰ ਲਾ। ਬੰਦਾ ਜਿਹਦੇ ਨਾਲ ਹੋਰ ਜੋਬ ਲੱਗੇ ਤਾਂ ਆਪਾਂ ਕਹਿੰਦੇ ਰਹਿੰਦੇ ਕਿ ਜੋਬ ਲੱਗ ਜਾ, ਇੱਦਾਂ ਬਾਅਦ 'ਚ ਪਛਤਾਵਾਂਗੇ ਵੀ ਉਹ ਜੇ ਸ਼ਾਇਦ ਮੈਂ ਮਿਹਨਤ ਕਰ ਲੈਂਦਾ ਜਾਂ ਮੈਂ ਪੋਸਟਾਂ ਭਰ ਲੈਂਦਾ। ਤੁਸੀਂ ਇੱਕ ਸਾਰੇ ਬੰਦੇ ਫਾਰਮ ਤਾਂ ਭਰੋ, ਜਿਹੜੇ ਬੰਦੇ ਅਸੀਂ ਵੀਡੀਓ ਨੂੰ ਪੂਰਾ ਦੇਖਦੇ ਹੁਣ ਤੱਕ ਵੇਖੀ ਜਾਂਦੇ ਆ, ਫਾਰਮ ਇੱਕ ਵਾਰੀ ਭਰੋ, ਤੁਹਾਡਾ ਟਾਈਮ ਹੈਗਾ ਹੀ ਹੈਗਾ, ਇਹ ਡੈਫੀਨੇਟਲੀ ਟਾਈਮ ਹੈਗਾ। ਇਹ ਨਹੀਂ ਹੈਗਾ ਵੀ ਬੱਚੇ ਸੋਚੀ ਜਾਂਦੇ ਟਾਈਮ ਨਹੀਂ ਹੋਏਗਾ, ਟਾਈਮ ਪੂਰਾ ਹੈਗਾ, ਤੁਸੀਂ ਕਰ ਸਕਦੇ ਹੋ। ਇਸ ਕਰਕੇ ਜਲਦੀ ਜਲਦੀ ਅਗਰ ਕੋਈ ਨੇੜੇ ਦਾ ਸੈਂਟਰ ਜੁਆਇਨ ਕਰੋ, ਜੇ ਨਹੀਂ ਮਿਲਦਾ ਫਿਰ ਮੇਰੇ ਨਾਲ ਘੱਟਾ ਘੱਟ ਕਰੋ, ਤੁਹਾਨੂੰ ਘਰੇ ਬੈਠੇ ਸ਼ਾਰਟ ਹੈਂਡ ਸਿਖਾਵਾਂਗੇ, ਪ੍ਰੋਪਰ ਸਹੀ ਤਰੀਕੇ ਨਾਲ ਸਿਖਾਵਾਂਗੇ। ਜਿਵੇਂ ਨੋਰਮਲ ਤੁਸੀਂ ਆਫਲਾਈਨ ਸੈਂਟਰ ਦੇ ਵਿੱਚ ਪੜ੍ਹਦੇ ਆ ਉਹ ਤੋਂ ਵਧੀਆ ਹੁੰਦਾ, ਕਿਉਂਕਿ ਵੀਡੀਓ ਦੇ ਵਿੱਚ ਜਾਂ ਦੂਰ ਬੈਠੇ ਹੈਗੇ ਜੋ ਕਾਲ ਕਰਦੇ ਜਾਂ ਵਟਸਐਪ 'ਤੇ ਕਾਲ ਕਰਦੇ ਜਾਂ ਡੇਲੀ ਗੱਲ ਹੁੰਦੀ ਆ, ਉਦੋਂ ਬੈਸਟ ਹੀ ਹੁੰਦਾ। ਕੋਈ ਸਾਨੂੰ ਕੋਸ਼ਿਸ਼ ਹੁੰਦੀ ਸਾਡੀ ਵੀ ਬੱਚਾ ਦੂਰ ਬੈਠਾ ਉਹ ਨਹੀਂ ਪੁੱਛ ਸਕਦਾ, ਉਹਨੂੰ ਵੀਡੀਓ ਵਿੱਚ ਹੀ ਕਲੀਅਰਲੀ ਸਭ ਕੁਛ ਦੱਸ ਦਿੱਤਾ ਜਾਵੇ ਇਮਾਨਦਾਰੀ ਦੇ ਨਾਲ। ਠੀਕ ਹੈ, ਕੋਰਸ ਹੈ, ਜਿੰਨਾ ਮਰਜ਼ੀ ਲੰਮਾ ਕਰ ਲਓ, ਸਾਡੇ ਕੋਲ ਬੱਚੇ ਕਈ ਹੋਰ ਸੈਂਟਰਾਂ ਸਾਡੇ ਕੋਲ ਆਉਂਦੇ, ਸਾਡੇ ਇੱਥੇ ਨੇੜੇ ਤੇੜੇ ਹੋਰ ਬਹੁਤ ਸੈਂਟਰ ਹੈਗੇ ਆ, ਉੱਥੇ 1.5-2 ਸਾਲ ਲਾ ਕੇ ਸਟੂਡੈਂਟ ਸਾਡੇ ਕੋਲ ਆਉਂਦਾ ਜੀ, ਉਹ ਬਿਲਕੁਲ 0 ਹੁੰਦਾ ਹੈ। ਉਹ ਟੀਚਰ ਦੀ ਇਮਾਨਦਾਰੀ ਹੋਏਗੀ ਵੀ ਉਹ ਕਿੰਨੇ ਟਾਈਮ 'ਚ ਉਹਨੂੰ ਕਵਰ ਕਰਾਉਂਦਾ ਹੈ। ਜੇ ਟੀਚਰ ਚਾਹੁੰਦਾ ਵੀ ਮੈਂ ਤਾਂ ਫੀਸਾਂ ਵੱਧ ਲੈਣੀਆਂ ਹੈਗੀਆਂ, ਉਹ ਵੱਧ ਟਾਈਮ ਵੀ ਲਵਾ ਸਕਦਾ ਹੈ, ਅਤੇ ਜੇ ਉਹ ਚਾਹੇ ਉਹਨੂੰ ਜੋਬ 'ਤੇ ਲਵਾਉਣਾ ਹੈ ਤਾਂ ਉਹਨੂੰ ਜਲਦੀ ਵੀ ਲਵਾ ਸਕਦਾ ਹੈ। ਠੀਕ ਹੈ, ਤੁਹਾਨੂੰ ਦੱਸਤਾ ਸਹੀ ਤਰੀਕਾ ਵੀ ਟਾਈਮ ਵਧਾ ਦਿਓ, ਮਹੀਨੇ ਘੱਟ ਜਾਣਗੇ, ਜੇ ਤੁਸੀਂ ਘੰਟੇ ਘਟਾਓਗੇ ਤਾਂ ਇਹ ਮਹੀਨੇ ਵੱਧ ਜਾਣਗੇ, ਉਨੀ ਜਲਦੀ ਇਹ ਕੋਰਸ ਕਵਰ ਹੋਏਗਾ। ਇਸ ਕਰਕੇ ਮਿਹਨਤ ਕਰੋ, ਮਿਹਨਤ ਤੋਂ ਬਿਨਾਂ ਗੱਲ ਨਹੀਂ ਬਣਨੀ ਹੈਗੀ। ਡਿਫੀਕਲਟ ਹੈਗੀ ਆ, ਡਿਫੀਕਲਟ ਕਰਕੇ ਡਿਫੀਕਲਟ ਕੰਮ ਕਰਕੇ ਜੇ ਜੋਬ ਮਿਲਦੀ ਹੋਰ ਆਪਾਂ ਨੂੰ ਚਾਹੀਦਾ ਵੀ ਕੀ ਆ, ਸੌਖਾ ਕਰਕੇ ਸਰਟੀਫਿਕੇਟ ਲੈ ਕੇ ਆਪਾਂ ਪਹਿਲਾਂ ਭਰੀ ਬੈਠੇ ਹਾਂ। ਬਹੁਤ ਤੁਹਾਡੇ ਕੋਲ ਕੁਛ ਬਹੁਤ ਸਟੂਡੈਂਟ ਮੈਨੂੰ ਜਿਹੜੇ ਬੀਟੈਕ ਵਾਲੇ, ਐਮਟੈਕ ਵਾਲੇ, ਐਮਐਸਸੀ, ਬੀਐਸਸੀ, ਬੀਕੌਮ ਵਾਲੇ ਕਾਲਾਂ ਕਰਦੇ ਰਹਿੰਦੇ ਵੀ ਅਸੀਂ ਹੁਣ ਸਟੈਨੋ ਸਟਾਰਟ ਕਰਨੀ ਆ। ਸਰਟੀਫਿਕੇਟ ਉਹਨਾਂ ਕੋਲ ਹੈਗਾ, ਸਕਿੱਲ ਨਹੀਂ ਹੈਗੀ, ਇਹ ਪੜ੍ਹਾਈ ਹੈਗੀ ਸਕਿੱਲ, ਜੇ ਸਕਿੱਲ ਹੈਗੀ ਤਾਂ ਹੀ ਜੋਬ ਮਿਲਣੀ ਆ, ਨਹੀਂ ਤਾਂ ਇਸ 'ਚ ਸਰਟੀਫਿਕੇਟ ਨਹੀਂ ਚੱਲਦੇ। ਸਕਿੱਲ ਦੇਖੀ ਜਾਣੀ, ਗਵਰਮੈਂਟ ਤੁਹਾਨੂੰ ਮੌਕੇ 'ਤੇ ਕਰਾ ਕੇ ਦੇਖਣਾ। ਬੱਚੇ ਕਮੈਂਟ ਕਰਦੇ ਸੀ ਸਰਟੀਫਿਕੇਟ ਚਾਹੀਦਾ ਜੀ ਸਟੈਨੋ ਵਾਸਤੇ, ਸਟੈਨੋ ਦਾ ਫਾਰਮ ਭਰਨ ਲਈ ਸਰਟੀਫਿਕੇਟ ਨਾਲ ਚਾਹੀਦਾ, ਨਹੀਂ ਚਾਹੀਦਾ। ਸਟੈਨੋ ਦੀ ਫੋਰਮ ਫਿਲ ਕਰਨ ਲਈ ਸਟੈਨੋ ਟਾਈਪ ਦਾ ਸਰਟੀਫਿਕੇਟ ਕਿਤੇ ਵੀ ਚੱਲਦਾ, ਗਵਰਮੈਂਟ ਨੇ ਤੁਹਾਨੂੰ ਕਰਾ ਕੇ ਦੇਖਣਾ ਤੁਹਾਨੂੰ ਆਉਂਦਾ ਕੀ ਆ। ਜੇ ਸਰਟੀਫਿਕੇਟ ਚੱਲਦੇ ਹੋਣੇ ਹੁਣ ਤਾਂ ਫਿਰ ਇਸ ਪੜ੍ਹਾਈ ਦੀ ਕੋਈ ਵੈਲਿਊ ਨਹੀਂ ਰਹਿ ਜਾਣੀ। ਜਿੱਦਾਂ ਸਰਟੀਫਿਕੇਟ ਚੱਲਣ ਲੱਗ ਪਏ ਵੀ ਸਟੈਨੋ ਵਾਲਾ ਸਰਟੀਫਿਕੇਟ ਲੈ ਕੇ ਆਓ, ਤਾਂ ਬੱਚੇ ਨੂੰ ਸਿੱਖਣ ਦੀ ਲੋੜ ਨਹੀਂ ਪੈਣੀ, ਹਰੇਕ ਬੰਦਾ ਸਾਡੇ ਕੋਲ ਸਰਟੀਫਿਕੇਟ ਮੰਗਣ ਲਈ ਆਊਗਾ ਵੀ ਮੈਨੂੰ ਸਰਟੀਫਿਕੇਟ ਦੇ ਦਿਓ। ਇਸ ਕਰਕੇ ਇਕਲੌਤੀ ਪੜ੍ਹਾਈ ਆ ਜਿਹਦੇ ਵਿੱਚ ਸਰਟੀਫਿਕੇਟ ਨਹੀਂ ਚੱਲਦੇ, ਤੁਹਾਡੀ ਸਕਿੱਲ ਚੱਲਣੀ। ਠੀਕ ਹੈ ਜੀ, ਕਰੋ ਸਟਾਰਟ, ਬਾਕੀ ਗੱਲ ਫਿਰ ਕਰਦੇ ਹਾਂ। ਠੀਕ, ਥੈਂਕ ਯੂ।